ਜਿੱਤ ਦੇ ਭਾਈ ਵਾਰ ਹੁੰਦੇ ਆ, ਠੀਕ ਆ, ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਆ, ਬਾਕੀ ਜਿੱਤੇ ਹੁੰਦੇ ਤਾਂ ਰੌਣਕ ਹੋਰ ਹੋਣੀ ਸੀ। ਬਾਈ ਚਾਂਸ ਠੀਕ ਆ, ਸਰਕਮਸਟਾਂਸਿਸ ਜਿਹੋ ਜਿਹੇ ਬਣੇ ਆ, ਜਿਹੋ ਜਿਹੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਆ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਵੀ ਕਿੱਧਰ ਨੂੰ ਗਈ ਹੈ ਪੋਲੀਟਿਕਸ ਪੰਜਾਬ ਦੀ। ਪਰ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ, ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ। ਪਾਰਟੀ ਲੱਗਦਾ ਪ੍ਰਧਾਨ ਸੁਖਬੀਰ ਬਾਦਲ ਨਾਲ ਖੜੀ ਹੈ ਇਸ ਜਿਹੜੀ ਹਾਰ ਹੈ ਜਾਂ ਤਮਾਮ ਜਿਹੜੇ, ਬਿਲਕੁਲ ਪਾਰਟੀ ਨੂੰ ਪ੍ਰਧਾਨ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ, ਖੜੇ ਰਹਿਣਾ ਵੀ ਚਾਹੀਦਾ। ਇੱਕ ਪਾਸੇ ਜ਼ਿਮਨੀ ਚੋਣ ਵੀ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਲੀਡਰਸ਼ਿਪ ਦੇ ਉੱਤੇ, ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ। ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ, ਹਾਰ ਹੋਵੇ ਤਾਂ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ, ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ, ਜੇ ਕੋਈ ਮਨ ਚ ਇਹੋ ਜਿਹੀ ਗੱਲ ਹੈ ਤੇ ਚੰਗੀ ਨਹੀਂ ਹੈ। ਜਿੱਤ ਦੇ ਭਾਈ ਵਾਰ ਹੁੰਦੇ ਆ, ਠੀਕ ਆ, ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਆ, ਬਾਕੀ ਜਿੱਤੇ ਹੁੰਦੇ ਤਾਂ ਰੌਣਕ ਹੋਰ ਹੋਣੀ ਸੀ। ਬਾਈ ਚਾਂਸ ਠੀਕ ਆ, ਸਰਕਮਸਟਾਂਸਿਸ ਜਿਹੋ ਜਿਹੇ ਬਣੇ ਆ, ਜਿਹੋ ਜਿਹੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਆ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਵੀ ਕਿੱਧਰ ਨੂੰ ਗਈ ਹੈ ਪੋਲੀਟਿਕਸ ਪੰਜਾਬ ਦੀ। ਪਰ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ, ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ। ਪਾਰਟੀ ਲੱਗਦਾ ਪ੍ਰਧਾਨ ਸੁਖਬੀਰ ਬਾਦਲ ਨਾਲ ਖੜੀ ਹੈ ਇਸ ਜਿਹੜੀ ਹਾਰ ਹੈ ਜਾਂ ਤਮਾਮ ਜਿਹੜੇ, ਬਿਲਕੁਲ ਪਾਰਟੀ ਨੂੰ ਪ੍ਰਧਾਨ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ, ਖੜੇ ਰਹਿਣਾ ਵੀ ਚਾਹੀਦਾ। ਇੱਕ ਪਾਸੇ ਜ਼ਿਮਨੀ ਚੋਣ ਵੀ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਲੀਡਰਸ਼ਿਪ ਦੇ ਉੱਤੇ, ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ। ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ, ਹਾਰ ਹੋਵੇ ਤਾਂ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ, ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ, ਜੇ ਕੋਈ ਮਨ ਚ ਇਹੋ ਜਿਹੀ ਗੱਲ ਹੈ ਤੇ ਚੰਗੀ ਨਹੀਂ ਹੈ। ਜਿੱਤ ਦੇ ਭਾਈ ਵਾਰ ਹੁੰਦੇ ਆ, ਠੀਕ ਆ, ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਆ, ਬਾਕੀ ਜਿੱਤੇ ਹੁੰਦੇ ਤਾਂ ਰੌਣਕ ਹੋਰ ਹੋਣੀ ਸੀ। ਬਾਈ ਚਾਂਸ ਠੀਕ ਆ, ਸਰਕਮਸਟਾਂਸਿਸ ਜਿਹੋ ਜਿਹੇ ਬਣੇ ਆ, ਜਿਹੋ ਜਿਹੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਆ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਵੀ ਕਿੱਧਰ ਨੂੰ ਗਈ ਹੈ ਪੋਲੀਟਿਕਸ ਪੰਜਾਬ ਦੀ। ਪਰ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ, ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ। ਪਾਰਟੀ ਲੱਗਦਾ ਪ੍ਰਧਾਨ ਸੁਖਬੀਰ ਬਾਦਲ ਨਾਲ ਖੜੀ ਹੈ ਇਸ ਜਿਹੜੀ ਹਾਰ ਹੈ ਜਾਂ ਤਮਾਮ ਜਿਹੜੇ, ਬਿਲਕੁਲ ਪਾਰਟੀ ਨੂੰ ਪ੍ਰਧਾਨ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ, ਖੜੇ ਰਹਿਣਾ ਵੀ ਚਾਹੀਦਾ। ਇੱਕ ਪਾਸੇ ਜ਼ਿਮਨੀ ਚੋਣ ਵੀ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਲੀਡਰਸ਼ਿਪ ਦੇ ਉੱਤੇ, ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ। ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ, ਹਾਰ ਹੋਵੇ ਤਾਂ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ, ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ, ਜੇ ਕੋਈ ਮਨ ਚ ਇਹੋ ਜਿਹੀ ਗੱਲ ਹੈ ਤੇ ਚੰਗੀ ਨਹੀਂ ਹੈ। ਜਿੱਤ ਦੇ ਭਾਈ ਵਾਰ ਹੁੰਦੇ ਆ, ਠੀਕ ਆ, ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਆ, ਬਾਕੀ ਜਿੱਤੇ ਹੁੰਦੇ ਤਾਂ ਰੌਣਕ ਹੋਰ ਹੋਣੀ ਸੀ। ਬਾਈ ਚਾਂਸ ਠੀਕ ਆ, ਸਰਕਮਸਟਾਂਸਿਸ ਜਿਹੋ ਜਿਹੇ ਬਣੇ ਆ, ਜਿਹੋ ਜਿਹੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਆ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਵੀ ਕਿੱਧਰ ਨੂੰ ਗਈ ਹੈ ਪੋਲੀਟਿਕਸ ਪੰਜਾਬ ਦੀ। ਪਰ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ, ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ। ਪਾਰਟੀ ਲੱਗਦਾ ਪ੍ਰਧਾਨ ਸੁਖਬੀਰ ਬਾਦਲ ਨਾਲ ਖੜੀ ਹੈ ਇਸ ਜਿਹੜੀ ਹਾਰ ਹੈ ਜਾਂ ਤਮਾਮ ਜਿਹੜੇ, ਬਿਲਕੁਲ ਪਾਰਟੀ ਨੂੰ ਪ੍ਰਧਾਨ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ, ਖੜੇ ਰਹਿਣਾ ਵੀ ਚਾਹੀਦਾ। ਇੱਕ ਪਾਸੇ ਜ਼ਿਮਨੀ ਚੋਣ ਵੀ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਲੀਡਰਸ਼ਿਪ ਦੇ ਉੱਤੇ, ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ। ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ, ਹਾਰ ਹੋਵੇ ਤਾਂ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ, ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ, ਜੇ ਕੋਈ ਮਨ ਚ ਇਹੋ ਜਿਹੀ ਗੱਲ ਹੈ ਤੇ ਚੰਗੀ ਨਹੀਂ ਹੈ।